ਸਿਰਫ ਮਨ ਦੇਖਦਾ ਹੈ, ਨਹੀਂ ਦੇਖਦਾ ਤਨ। ਇਸ ਹਿਸਾਬ ਨਾਲ ਧਾਰਮਿਕ ਬੰਦਿਆਂ ਨੇ ਵੰਡ ਕੀਤੀ ਹੋਈ ਹੈ ਚਾਰ ਤਰ੍ਹਾਂ ਦੀ। ਪਹਿਲੀ ਸ਼੍ਰੇਣੀ ਚ ਉਹ ਬੰਦੇ ਆ ਜਾਂਦੇ ਨੇ ਕਿਹੜੇ, ਜਿਨ੍ਹਾਂ ਦੀ ਕ੍ਰਿਤ ਵੀ ਬੜੀ ਚੰਗੀ ਹੈ, ਨੀਯਤ ਵੀ ਬੜੀ ਚੰਗੀ ਹੈ, ਕਰਦੇ ਵੀ ਠੀਕ ਨੇ, ਸੋਚਦੇ ਵੀ ਠੀਕ ਨੇ, ਕਿਰਦਾਰ ਵੀ ਠੀਕ ਹੈ, ਵਿਚਾਰ ਵੀ ਠੀਕ ਨੇ, ਜੋ ਕੁਛ ਕਰਦੇ ਨੇ ਉਸ ਤੋਂ ਜਗਤ ਦਾ ਭਲਾ ਆਉਂਦਾ ਹੈ, ਔਰ ਜੋ ਕੁਛ ਸੋਚਦੇ ਨੇ ਉਸ ਕਰਕੇ ਪ੍ਰਭੂ ਨਾਲ ਜੁੜਦੇ ਨੇ। ਕ੍ਰਿਤ ਵੀ ਠੀਕ ਹੈ, ਨੀਯਤ ਵੀ ਠੀਕ ਹੈ, ਕਰਦੇ ਵੀ ਠੀਕ ਨੇ, ਸੋਚਦੇ ਵੀ ਠੀਕ ਨੇ, ਕਰਨੀ ਵੀ ਠੀਕ ਹੈ, ਸੋਚਣੀ ਵੀ ਠੀਕ ਹੈ। ਇਹ ਪਹਿਲੀ ਸ਼੍ਰੇਣੀ, ਇਹਦੇ ਸੰਤ ਆ ਜਾਂਦੇ ਨੇ, ਬ੍ਰਹਮ ਗਿਆਨੀ ਆ ਜਾਂਦੇ ਨੇ, ਅਵਤਾਰੀ ਪੁਰਸ਼ ਆ ਜਾਂਦੇ ਨੇ, ਭਗਤ ਆ ਜਾਂਦੇ ਨੇ, ਪੂਰਨ ਗੁਰਮੁਖ ਬ੍ਰਹਮ ਗਿਆਨੀ ਆ ਜਾਂਦੇ ਨੇ। ਇਹ ਪਹਿਲੀ ਸ਼੍ਰੇਣੀ। ਇੱਕ ਦੂਜੀ ਸ਼੍ਰੇਣੀ, ਨੀਯਤ ਠੀਕ ਹੈ, ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ ਹੈ, ਸੋਚਦੇ ਤੇ ਠੀਕ ਨੇ, ਸੋਚਣੀ ਬਿਲਕੁਲ ਪਾਵਨ ਹੈ, ਕਦੀ ਕਦੀ ਕਰਨੀ ਗਲਤ ਹੋ ਜਾਂਦੀ ਬੜੇ ਬੜੇ ਭਗਤਾਂ ਤੋਂ ਵੀ ਕਰਨੀ ਗਲਤ ਹੋ ਜਾਂਦੀ ਹੈ, ਬੜੇ ਬੜੇ ਗੁਰਮੁਖ ਵੀ ਕੁਝ ਭੁੱਲਾਂ ਕਰ ਬੈਠਦੇ ਨੇ। ਚਲੋ ਮੈਂ ਇੱਕ ਦੋ ਉਦਾਹਰਣ ਵੀ ਤੁਹਾਡੇ ਸਾਹਮਣੇ ਰੱਖਾਂ। ਤ੍ਰੇਤੇ ਯੁਗ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ, ਉਹਨਾਂ ਦੇ ਪਿਤਾ ਦਸ਼ਰਥ ਸ਼ਿਕਾਰ ਖੇਡਣ ਨੂੰ ਨਿਕਲੇ ਨੇ, ਦਿਨ ਭਰ ਕੋਈ ਸ਼ਿਕਾਰ ਹੱਥ ਨਹੀਂ ਆਇਆ, ਵਾਪਸ ਆ ਰਹੇ ਨੇ ਘਰ, ਸੰਧਿਆ ਹੋ ਗਈ, ਅੰਧੇਰਾ ਥੋੜਾ ਜਿਹਾ, ਤੇ ਦਸ਼ਰਥ ਨੂੰ ਇੰਜ ਦਿਸਿਆ ਸਾਹਮਣੇ ਸਰੋਵਰ ਦੇ ਚ ਹਿਰਨ ਪਾਣੀ ਪੀ ਰਿਹਾ। ਇਕਦਮ ਧਨੁਸ਼ ਬਾਣ ਮੋਂਡੇ ਤੇ ਜੋ ਸੀ ਨਿਸ਼ਾਨਾ ਬਣਾਇਆ, ਤੀਰ ਕਮਾਨ ਚਿੱਲਾ ਚੜਾਇਆ ਤੇ ਤੀਰ ਐਨ ਨਿਸ਼ਾਨੇ ਤੇ ਲੱਗਿਆ। ਜੈਸੇ ਤੀਰ ਨਿਸ਼ਾਨੇ ਤੇ ਲੱਗਿਆ ਤੋ ਚੀਖ ਨਿਕਲੀ, ਤੋ ਚੀਖ ਤੇ ਮਨੁੱਖ ਦੀ ਸੀ। ਦਸ਼ਰਥ ਦੰਗ ਰਹਿ ਗਿਆ, ਹੈ ਤੇ ਮੈਂ ਕੋਈ ਬੰਦਾ ਮਾਰ ਬੈਠਾ, ਘੋੜਾ ਦੌੜਾਇਆ, ਜਦ ਕੋਲ ਆਇਆ ਵਾਕਈ ਮਨੁੱਖ ਤੜਪ ਰਿਹਾ ਹੈ। ਇਹ ਸ਼ਰਵਨ ਕੁਮਾਰ ਸੀ, ਆਪਣੇ ਮਾਂ ਬਾਪ ਲਈ ਪਾਣੀ ਲੈਣ ਆਇਆ ਸੀ, ਦੋ ਹੱਥ ਝੁੱਕ ਕੇ ਕਰਮੰਡਲ ਭਰ ਰਿਹਾ ਸੀ। ਹੁਣ ਦੋ ਪੈਰ ਤੇ ਦੋ ਹੱਥ ਝੁਕੇ ਹੋਏ, ਦਸ਼ਰਥ ਨੂੰ ਇੰਜ ਲੱਗਿਆ ਜਿਵੇਂ ਕੋਈ ਚੌਪਾਇਆ ਜਾਨਵਰ ਹੈ ਅੰਧੇਰੇ ਵਿੱਚ, ਖਿੱਚ ਕੇ ਬਾਣ ਮਾਰਿਆ, ਉਹ ਤੜਪ ਰਿਹਾ ਸ਼ਰਵਨ ਕੁਮਾਰ, ਜ਼ਾਰੋ ਜ਼ਾਰ ਦਸ਼ਰਥ ਰੋ ਰਿਹਾ, ਹੇ ਪ੍ਰਭੂ ਇਹ ਕੀ ਹੋ ਗਿਆ। ਕ੍ਰਿਤ ਤੇ ਦਸ਼ਰਥ ਦੀ ਗਲਤ ਹੈ, ਨੀਯਤ ਗਲਤ ਨਹੀਂ ਹੈ, ਕਰਨਾ ਤੇ ਗਲਤ ਹੋ ਗਿਆ, ਸੋਚਣਾ ਗਲਤ ਨਹੀਂ ਹੈ ਦਸ਼ਰਥ ਦਾ। ਸਮਾਜ ਦੀ ਦ੍ਰਿਸ਼ਟੀ ਦਸ਼ਰਥ ਕਸੂਰਵਾਰ ਹੈ, ਪਰਮਾਤਮਾ ਦੀ ਦ੍ਰਿਸ਼ਟੀ ਚ ਨਹੀਂ। ਮੈਂ ਫਿਰ ਅਰਜ਼ ਕਰਾਂ, ਸਮਾਜ ਦੇਖਦਾ ਮੈਂ ਕੀਤਾ ਕੀ ਹੈ, ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ। ਇਸ ਚੱਕਰ ਚ ਨਾ ਪੈਣਾ ਕਿ ਸਾਡਾ ਕੀਤਾ ਹੋਇਆ ਦੇਖਦਾ ਨਹੀਂ। ਕਾਨੂੰਨ ਤੇ ਸਮਾਜ ਦੇਖਦਾ ਮੇਰੀ ਕਰਨੀ ਕੀ ਹੈ, ਪਰਮਾਤਮਾ ਦੇਖਦਾ ਮੇਰੀ ਸੋਚਣੀ ਕੀ ਹੈ। ਸਮਾਜ ਦੇਖਦਾ ਮੇਰੀ ਕ੍ਰਿਤ ਕੀ ਹੈ, ਪਰਮਾਤਮਾ ਦੇਖਦਾ ਮੇਰੀ ਨੀਯਤ ਕੀ ਹੈ। ਨੀਯਤ ਠੀਕ ਸੀ ਦਸ਼ਰਥ ਦੀ, ਕ੍ਰਿਤ ਗਲਤ ਹੋ ਗਈ ਹੈ। ਸੋਚਣੀ ਠੀਕ ਹੈ ਦਸ਼ਰਥ ਦੀ, ਕਰਨੀ ਗਲਤ ਹੋ ਗਈ। ਇੱਕ ਹੋਰ ਉਦਾਹਰਣ ਦਿਆਂ, ਬਾਰਾਮੂਲਾ ਦੀ ਗੱਲ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਘੋੜੇ ਤੇ ਸਵਾਰ ਆ ਰਹੇ ਨੇ। ਰਸਤੇ ਚ ਇੱਕ ਬਿਰਦ ਮਾਤਾ ਨੇ ਘੋੜੇ ਦੀ ਲਗਾਮ ਪਕੜ ਲਈ, ਇਕਾਗਰਤਾ ਬਖਸ਼ਣੀ। ਅਨਪੜ੍ਹ ਸੀ ਵਿਚਾਰੀ ਨੂੰ, ਸ਼ਬਦਾਂ ਦੇ ਅਰਥ ਬਹੁਤ ਦਾ ਨਹੀਂ ਪਤਾ ਸੀ। ਹੱਥ ਜੋੜ ਕੇ ਕਹਿਣ ਲੱਗੀ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਇੰਜ ਕਹੀ ਜਾਂਦੀ। ਕਿਧਰੇ ਸੁਣ ਲਿਆ ਉਹਨਾਂ ਨੇ ਕਿਸੇ ਧਾਰਮਿਕ ਬੰਦੇ ਕੋਲੋਂ, ਬੋਲ ਅਰਥਾਂ ਦਾ ਪਤਾ ਨਹੀਂ ਸੀ। ਹੁਣ ਜ਼ਬਾਨ ਨਾਲ ਬੋਲਣਾ ਕ੍ਰਿਤ ਹੈ, ਇਹ ਕਰਨਾ ਹੈ। ਤੁਸੀਂ ਪਤਿਤ ਮੈਂ ਪਤਿਤ ਪਾਵਨ, ਤੁਸੀਂ ਪਤਿਤ ਮੈਂ ਪਤਿਤ ਪਾਵਨ, ਸੇਵਾਦਾਰ ਨੇ ਹੱਥੋਂ ਲਗਾਮ ਛੁਡਾਈ ਔਰ ਇੱਕ ਪਾਸੇ ਕੀਤਾ। ਆਖਿਆ, ਬਦਤਮੀਜ਼, ਤੈਨੂੰ ਬੋਲਣ ਦਾ ਢੰਗ ਵੀ ਨਹੀਂ ਆਉਂਦਾ, ਕੀ ਕਹਿ ਰਹੀ ਹੈ? ਛੇਵੇਂ ਪਾਤਸ਼ਾਹ ਇਕਦਮ ਘੋੜੇ ਤੋਂ ਉਤਰੇ ਔਰ ਉਸ ਬਿਰਧ ਮਾਤਾ ਨੂੰ ਗਲਵਕੜੀ ਚ ਲਿਆ। ਮਾਂ, ਤੂੰ ਠੀਕ ਕਹਿ ਰਹੀ ਹੈ, ਬਿਲਕੁਲ ਠੀਕ ਕਹਿ ਰਹੀ ਹੈ। ਤੇਰੇ ਬੋਲਾਂ ਚ ਬੜਾ ਪਿਆਰ ਹੈ, ਤੇਰੇ ਬੋਲਾਂ ਚ ਬੜੀ ਭਾਵਨਾ ਹੈ। ਪਤਾ ਗੁਰਬਾਣੀ ਕੀ ਕਹਿੰਦੀ ਹੈ? ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਬਾਣੇ। ਬੋਲਣਾ ਤੇ ਗਲਤ ਸੀ, ਕ੍ਰਿਤ ਤੇ ਗਲਤ ਹੈ, ਪਰ ਹਰੀ ਦੇ ਬਾਣੇ ਠੀਕ ਨੇ। ਕਿਉਂ? ਸੋਚਣਾ ਠੀਕ ਹੈ, ਸੋਚਣੀ ਠੀਕ ਹੈ, ਨੀਅਤ ਠੀਕ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਸਮਾਜ ਦੇਖਦਾ ਹੈ ਮੈਂ ਕੀਤਾ ਕੀ ਹੈ, ਗੁਰੂ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ, ਮੇਰੀ ਸੋਚਣੀ ਕੀ ਹੈ। ਕਦੀ ਕਦੀ ਐਸਾ ਹੋ ਜਾਂਦਾ, ਬੜੇ ਬੜੇ ਭਗਤ ਸੰਤ ਗੁਰਮੁਖ ਅਭਿਆਸੀ, ਨੀਅਤ ਤੇ ਠੀਕ ਆਉਂਦੀ ਹੈ, ਕ੍ਰਿਤ ਗਲਤ ਹੋ ਜਾਂਦੀ, ਸੋਚਣੀ ਤੇ ਠੀਕ ਆਉਂਦੀ ਹੈ, ਕਰਨੀ ਗਲਤ ਹੋ ਜਾਂਦੀ ਹੈ। ਇਹ ਦੂਜੀ ਸ਼੍ਰੇਣੀ ਹੈ, ਪਰਮਾਤਮਾ ਇਹਨਾਂ ਨੂੰ ਬਖਸ਼ ਦਿੰਦਾ, ਹੋ ਸਕਦਾ ਸਮਾਜ ਨਾ ਬਖਸ਼ੇ, ਕਾਨੂੰਨ ਨਾ ਬਖਸ਼ੇ। ਇਹ ਦੂਜੀ ਸ਼੍ਰੇਣੀ। ਪਹਿਲੀ ਸ਼੍ਰੇਣੀ, ਕ੍ਰਿਤ ਵੀ ਠੀਕ ਹੈ, ਨੀਅਤ ਵੀ ਠੀਕ ਹੈ। ਦੂਸਰੀ, ਨੀਅਤ ਤੇ ਠੀਕ ਹੈ, ਕਦੀ ਕਦੀ ਕ੍ਰਿਤ ਗਲਤ ਹੋ ਜਾਂਦੀ, ਸੋਚਣੀ ਤੇ ਠੀਕ ਹੈ, ਕਦੀ ਕਦੀ ਕਰਨੀ ਗਲਤ ਹੋ ਜਾਂਦੀ। ਇੱਕ ਤੀਸਰੀ ਸ਼੍ਰੇਣੀ, ਜੋ ਮੰਦਿਰ, ਮਸਜਿਦ, ਗੁਰਦੁਆਰੇ, ਚਰਚ ਦੇ ਅੰਦਰ ਬਹੁਤਾਤ ਵਿੱਚ ਪਾਈ ਜਾਏਗੀ। ਕ੍ਰਿਤ ਠੀਕ ਹੈ, ਕਰਦੇ ਠੀਕ ਨੇ, ਸੋਚਣੀ ਗਲਤ ਹੈ। ਕ੍ਰਿਤ ਠੀਕ ਹੈ, ਨੀਅਤ ਬੈੜੀ ਹੈ। ਦਾਨ ਕਰਦੇ ਨੇ, ਪੁੰਨ ਕਰਦੇ ਨੇ, ਸੇਵਾ ਕਰਦੇ ਨੇ, ਪਾਠ ਕਰਦੇ ਨੇ, ਪੂਜਾ ਕਰਦੇ ਨੇ, ਸਭ ਕੁਝ ਕਰਦੇ ਨੇ, ਕਰਦੇ ਠੀਕ ਨੇ, ਸੋਚਦੇ ਠੀਕ ਨਹੀਂ। ਕ੍ਰਿਤ ਠੀਕ ਹੈ, ਨੀਅਤ ਠੀਕ ਨਹੀਂ। ਕ੍ਰਿਤ ਠੀਕ ਹੋਵੇ ਤੇ ਨੀਅਤ ਠੀਕ ਨਾ ਹੋਵੇ, ਗੁਰੂ ਅਰਜਨ ਦੇਵ ਜੀ ਮਹਾਰਾਜ ਪਤਾ ਕੀ ਕਹਿੰਦੇ ਨੇ? ਕਰਮ ਧਰਮ ਪਾਖੰਡ ਜੋ ਦੀ ਸੇ। ਪਾਖੰਡ ਕਹਿੰਦੇ ਖੰਡ ਖੰਡ, ਦਿਖਾਈ ਕੁਛ ਹੋਰ ਦੇ ਰਿਹਾ ਹੈ, ਕੁਛ ਹੋਰ ਦਿਖਾਈ ਤੇ ਦਾਨੀ ਦੇ ਰਿਹਾ ਹੈ ਬੇਈਮਾਨ, ਦਿਖਾਈ ਤੇ ਸਤਸੰਗੀ ਦੇ ਰਿਹਾ ਮਨ ਦੇ ਤਲ ਤੇ ਕੁਸੰਗੀ ਹੈ, ਦਿਖਾਈ ਤੇ ਦੇ ਰਿਹਾ ਕਰਨੀ ਬਿਲਕੁਲ ਠੀਕ ਹੈ ਪਰ ਸੋਚਣੀ ਬਿਲਕੁਲ ਗਲਤ ਹੈ। ਇਹਨੂੰ ਗੁਰੂ ਅਰਜਨ ਦੇਵ ਜੀ ਪਖੰਡੀ ਕਰਨ, ਖੰਡ ਖੰਡ, ਇਹ ਦਿਖਾਈ ਕੁਛ ਹੋਰ ਦੇ ਰਿਹਾ ਹੈ, ਕੁਛ ਹੋਰ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾ ਤੀ ਲੂਟੇ। ਕਰਦੇ ਤੇ ਠੀਕ ਨੇ, ਸਾਰੀ ਦੁਨੀਆਂ ਚ ਇਹ ਤਾਦਾਦ ਬਹੁਤ ਜ਼ਿਆਦਾ ਹੈ। ਕਿਉਂ? ਸਮਾਜ ਦੇ ਚ ਰਹਿਣਾ, ਕ੍ਰਿਤ ਤੇ ਠੀਕ ਰੱਖਣੀ ਪਏਗੀ, ਨਹੀਂ ਤੇ ਸਮਾਜ ਤੋਂ ਫਿਟਕਾਰ ਮਿਲਦੀ ਹੈ। ਕਾਨੂੰਨ ਹੈ ਫਿਰ, ਅਗਰ ਕ੍ਰਿਤ ਠੀਕ ਨਹੀਂ ਹੈ ਤਾਂ ਹੱਥਾਂ ਲਈ ਹੱਥਕੜੀਆਂ ਨੇ, ਪੈਰਾਂ ਲਈ ਬੇੜੀਆਂ ਨੇ, ਜੇਲ੍ਹ ਹੈ। ਮਨੁੱਖ ਆਪਣੀ ਕ੍ਰਿਤ ਠੀਕ ਰੱਖਦਾ ਹੈ, ਨੀਅਤ ਠੀਕ ਨਹੀਂ, ਕਿਉਂਕਿ ਨੀਅਤ ਗਲਤ ਹੋਵੇ ਕਾਨੂੰਨ ਦੀ ਪਹੁੰਚੀ ਨਹੀਂ ਹੈ, ਸਮਾਜ ਦੀ ਪਹੁੰਚੀ ਨਹੀਂ। ਮੈਂ ਗਲਤ ਸੋਚਾਂ, ਤੁਹਾਨੂੰ ਕੀ ਪਤਾ? ਇੱਥੇ ਸਟੇਜ ਤੇ ਬੈਠ ਕੇ ਵੀ ਗਲਤ ਸੋਚਿਆ ਜਾ ਸਕਦਾ, ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਵੀ ਮਨੁੱਖ ਕੁਝ ਗਲਤ ਸੋਚ ਸਕਦਾ,
ਸਮਾਜ ਦੀ ਪਹੁੰਚ ਨਹੀਂ ਹੈ, ਕਾਨੂੰਨ ਦੀ ਪਹੁੰਚ ਨਹੀਂ ਹੈ। ਇਹ ਤੀਜੀ ਸ਼੍ਰੇਣੀ ਹੈ। ਕ੍ਰਿਤ ਠੀਕ ਹੈ, ਬਿਲਕੁਲ ਠੀਕ ਹੈ, ਨੀਅਤ ਠੀਕ ਨਹੀਂ ਹੈ। ਕਰਦੇ ਠੀਕ ਨੇ, ਸੋਚਦੇ ਠੀਕ ਨਹੀਂ ਨੇ। ਕਰਨੀ ਠੀਕ ਹੈ, ਸੋਚਣੀ ਬਿਲਕੁਲ ਗਲਤ ਹੈ। ਇਹ ਤੀਜੀ ਸ਼੍ਰੇਣੀ ਹੈ। ਸਮਾਜ ਦੇ ਉੱਤੇ ਪ੍ਰਤਿਸ਼ਠਿਤ ਆਉਂਦੇ ਨੇ, ਮਹਾਨ ਆਉਂਦੇ ਨੇ, ਪਰਮਾਤਮਾ ਦੇ ਦਰ ਦੇ ਠੁਕਰਾਏ ਆਉਂਦੇ ਨੇ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਆਉਂਦਾ। ਇੱਕ ਚੌਥੀ ਸ਼੍ਰੇਣੀ ਵੀ ਹੈ। ਕ੍ਰਿਤ ਵੀ ਭੈੜੀ ਹੈ, ਨੀਅਤ ਵੀ ਭੈੜੀ ਹੈ। ਕਰਦੇ ਵੀ ਗਲਤ ਨੇ, ਸੋਚਦੇ ਵੀ ਗਲਤ ਨੇ। ਕਰਨੀ ਵੀ ਗਲਤ ਹੈ, ਸੋਚਣੀ ਵੀ ਗਲਤ ਹੈ, ਕ੍ਰਿਤ ਵੀ ਗਲਤ ਹੈ, ਨੀਅਤ ਵੀ ਗਲਤ ਹੈ। ਇਹ ਚਾਰ ਸ਼੍ਰੇਣੀਆਂ ਬਣਾਈਆਂ ਨੇ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ। ਪਹਿਲੀ, ਕ੍ਰਿਤ ਵੀ ਠੀਕ ਹੈ, ਨੀਅਤ ਵੀ ਠੀਕ ਹੈ। ਦੂਸਰੀ, ਨੀਅਤ ਤੇ ਠੀਕ ਹੈ, ਕ੍ਰਿਤ ਗਲਤ ਹੋ ਜਾਂਦੀ ਹੈ ਕਦੀ ਕਦੀ। ਸੋਚਣੀ ਤੇ ਠੀਕ ਹੈ, ਕਰਨੀ ਗਲਤ ਹੋ ਜਾਂਦੀ ਹੈ ਕਦੀ ਕਦੀ। ਸਮਾਜ ਦੀ ਨਜ਼ਰਾਂ ਚ ਹੋ ਸਕਦਾ ਗਿਰ ਜਾਣ, ਕਿਉਂਕਿ ਕਰਨੀ ਗਲਤ ਹੈ, ਪਰਮਾਤਮਾ ਬਖਸ਼ ਦਿੰਦਾ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਤੇ ਹੀ ਖਰੇ ਹਰਮਾਨ, ਪ੍ਰਭੂ ਬਖਸ਼ ਦਿੰਦਾ। ਕਿਉਂ? ਸੋਚਣੀ ਠੀਕ ਹੈ, ਨੀਅਤ ਠੀਕ ਹੈ। ਇੱਕ ਤੀਸਰੀ ਸ਼੍ਰੇਣੀ ਵੀ ਹੈ। ਸਮਾਜ ਦੇ ਉੱਤੇ ਬੜੇ ਪ੍ਰਤਿਸ਼ਠਿਤ ਆਉਂਦੇ ਨੇ, ਪਰ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਉਹ ਨਹੀਂ ਬਣਦੇ। ਕ੍ਰਿਤ ਠੀਕ ਹੈ, ਨੀਅਤ ਠੀਕ ਨਹੀਂ ਹੈ। ਕਰਦੇ ਠੀਕ ਨੇ, ਸੋਚਦੇ ਠੀਕ ਨਹੀਂ ਨੇ। ਕਰਨੀ ਠੀਕ ਹੈ, ਸੋਚਣੀ ਠੀਕ ਨਹੀਂ ਹੈ। ਇਹ ਤੀਜੀ ਸ਼੍ਰੇਣੀ ਹੈ, ਸਭ ਤੋਂ ਜ਼ਿਆਦਾ ਹੈ, ਸਾਰੀ ਦੁਨੀਆਂ 'ਚ ਜ਼ਿਆਦਾ ਹੈ। ਪਰ ਇੱਕ ਚੌਥੀ ਸ਼੍ਰੇਣੀ ਵੀ ਹੈ, ਥੋੜ੍ਹੀ ਜਿਹੀਆਂ ਤਾਦਾਦ ਵਿੱਚ। ਕ੍ਰਿਤ ਵੀ ਗਲਤ ਹੈ, ਨੀਅਤ ਵੀ ਗਲਤ ਹੈ। ਕਰਦੇ ਵੀ ਗਲਤ ਨੇ, ਸੋਚਦੇ ਵੀ ਗਲਤ ਨੇ। ਕਰਨੀ ਵੀ ਪੈੜੀ ਹੈ, ਸੋਚਣੀ ਵੀ ਪੈੜੀ ਹੈ, ਕ੍ਰਿਤ ਵੀ ਪੈੜੀ ਹੈ, ਨੀਅਤ ਵੀ ਪੈੜੀ ਹੈ। ਇਹ ਚੌਥੀ ਸ਼੍ਰੇਣੀ ਹੈ। ਲੋਕ ਤੋਂ ਵੀ ਠੁਕਰਾਏ ਜਾਂਦੇ ਹਨ, ਪਰ ਲੋਕ ਤੋਂ ਵੀ ਠੁਕਰਾਏ ਜਾਂਦੇ ਹਨ। ਸਮਾਜ ਵੀ ਕਬੂਲ ਨਹੀਂ ਕਰਦਾ, ਪਰਮਾਤਮਾ ਵੀ ਕਬੂਲ ਨਹੀਂ ਕਰਦਾ। ਇਹ ਚਾਰ ਸ਼੍ਰੇਣੀਆਂ ਨੇ। ਧਰਮ ਦੀ ਸਾਧਨਾ, ਮਨ ਦੀ ਸਾਜਨਾ, ਸੋਚਣੀ ਠੀਕ ਹੋ ਜਾਏ, ਨੀਅਤ ਠੀਕ ਹੋ ਜਾਏ, ਵਿਚਾਰ ਠੀਕ ਹੋ ਜਾਣ। ਮੰਮਾ ਮਨ ਸਿਉ ਕਾਜ ਹੈ, ਮਨ ਸਾ ਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਤੇ ਆਪਣੇ ਮਨ ਨੂੰ ਠੀਕ ਉਹੀ ਕਰੇਗਾ ਜਿਹੜਾ ਪਹਿਲੇ ਆਪਣੇ ਮਨ ਨੂੰ ਵੇਖੇ। ਤੋ ਆਪ ਸੁਣ ਕੇ ਹੈਰਾਨ ਹੋਵੋਗੇ। ਧਾਰਮਿਕ ਗਿਆਨੀ ਕਹਿੰਦੇ ਨੇ ਕੋਈ ਹਜ਼ਾਰਾਂ ਚ ਇੱਕ ਅੱਧ ਮਨੁੱਖ ਆਪਣੇ ਮਨ ਨੂੰ ਦੇਖਦਾ ਹੈ, ਬਾਕੀ ਸਾਰਾ ਆਪਣਾ ਤਨ ਵੇਖਦੇ ਨੇ, ਮਨ ਕੋਈ ਨਹੀਂ ਦੇਖਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਨ